ਇਹੋ ਜੀ ਕਿਉਂ ਰੋਕਾਂ ਲਾਈਆਂ ਪਾਰਟੀ ਨੇ ਤੇ ਕੀ ਇਹ ਤੁਹਾਡੇ ਧਿਆਨ ਚ ਹੈਗੀਆਂ? ਜੇ ਨਹੀਂ ਤਾਂ ਫਿਰ ਆਪਾਂ ਜਨਤਾ ਦੇ ਵਿੱਚ ਕੀ ਗੱਲ ਰੱਖਾਂਗੇ ਜੇ ਤੁਹਾਡੇ ਕੋਲ ਆਪਾਂ ਸਾਡੇ ਗਰਾਊਂਡ ਲੈਵਲ ਦੇ ਮੁੱਦੇ ਹੀ ਨਹੀਂ ਹੈਗੇ। ਕੀ ਕਹਿਣਾ ਚਾਹੁੰਦੇ ਸਾਨੂੰ ਦਿੱਲੀ ਜਾਣ ਤੋਂ ਰੋਕਣਾ ਕਿੰਨਾ ਕੁ ਜਾਇਜ਼ ਸੀ? ਕੀ ਇੱਥੇ ਸਰਕਾਰ ਤੇ ਪ੍ਰਸ਼ਾਸਨ ਦੋਨੋਂ ਗਲਤ ਸੀਗੇ ਜਾਂ ਨਹੀਂ? ਹਾਂ ਨਾ ਚ ਤੁਸੀਂ ਸਾਨੂੰ ਸਿਆਸੀ ਜਵਾਬ ਨਾ ਦਿਓ। ਇੱਕ ਕੋਈ ਪ੍ਰਸ਼ਾਸਨ ਦਾ ਹੁੰਦਾ ਹੈ, ਕਾਨੂੰਨ ਵਿਵਸਥਾ ਉਹਨਾਂ ਨੇ ਮੇਨਟੇਨ ਕਰਨੀ ਹੁੰਦੀ ਹੈ। ਸਰ ਉਨਕੋ ਬਹੁਤ ਤੋਂ ਸਖਤ ਹੈ। ਗ੍ਰਹਿ ਮੰਤਰਾਲੇ ਕੋ ਕੌਣ ਚਲਾਤਾ ਹੈ? ਜੋ ਪੁਲਿਸ ਕੋ ਉੱਪਰ ਸੇ ਆਪਰੇਟ ਕੌਣ ਕਰਤਾ ਹੈ? ਆਦੇਸ਼ ਕਿਸ ਕੇ ਹੁੰਦੇ ਹੈ? ਅਧਿਕਾਰੀਆਂ ਕੇ ਜਾਂ ਕਿਸੇ ਸਿਆਸੀ ਪਾਰਟੀ ਕੇ ਰਾਜਨੇਤਾ ਕੇ ਹੁੰਦੇ ਹੈ? ਇਸ ਕੇ ਬਾਰੇ ਮੇਂ ਕਿਰਪਾ ਕਰਕੇ ਕਰਤੇ ਹੈ ਨਹੀਂ ਅਧਿਕਾਰੀ ਐਸੇ ਕਰ ਰੋ ਜੇ ਅਧਿਕਾਰੀ ਭਰਾ ਵੀ ਇੱਥੇ ਖੜਿਆ ਨੋਟ ਕਰ ਲਓ ਇਹ ਗੱਲਾਂ। ਸਰ ਤੁਸੀਂ ਕਿਸੇ ਵੀ ਗੱਲ ਦਾ ਜਵਾਬ ਨਹੀਂ ਦਿੱਤਾ, ਪਹਿਲਾਂ ਜਵਾਬ ਦੇ ਦਿਓ ਸਰ। ਉਹ ਮੈਂ ਨਿਕਲ ਜਾਂਦੇ ਆ। ਇੱਕ ਵੀ ਜਵਾਬ ਤਾਂ ਆਪਣੇ ਤੋਂ ਬਾਅਦ ਨਹੀਂ ਲਾਸਟ ਵਾਲੀ ਗੱਲ ਤੇ ਮੇਰੇ ਪਹਿਲੇ ਸੋਨੇ ਦਾ ਜਵਾਬ ਸੀ। ਸਾਨੂੰ ਅੱਧੇ ਘੰਟੇ ਦਾ ਸਮਾਂ ਇੱਥੇ ਦੇ ਦਿਓ, 10 ਮਿੰਟ ਹੋ ਗਏ, 20 ਮਿੰਟ ਹੋ ਗਏ। ਇਹ ਦੱਸੋ ਜੀ ਪਲੀਜ਼, ਤੁਸੀਂ ਪਹਿਲੀ ਗੱਲ ਹੈ ਸਾਡੀ ਜਿਹੜੀ ਸ਼ੁਭ ਕਰਨ ਵਾਲੀ ਹੈ, ਉਹਦਾ ਜਵਾਬ ਮੈਨੂੰ ਸ਼ੁਭ ਕਰਨ ਦਾ ਜਵਾਬ ਕਿਉਂ ਚਾਹੀਦਾ ਕਿ ਮੇਰੇ ਕੋਲੇ ਮਰਿਆ ਬੰਦਾ? ਮੈਨੂੰ ਇਸ ਕਰਕੇ ਚਾਹੀਦਾ ਜਦੋਂ ਗੋਲੀ ਵੱਜੀ ਹੈ। ਔਰ ਦੂਜੀ ਗੱਲ, ਜਿਹੜੀਆਂ ਉੱਥੇ ਟਰਾਲੀਆਂ ਸਾਡੀਆਂ ਭੰਨੀਆਂ ਔਰ ਮੈਡੀਕਲ ਸਾਡਾ ਤੋੜਿਆ ਗਿਆ, ਗੱਡੀਆਂ ਸਾਡੀਆਂ ਗੋਲੀ ਚ ਪਾ ਕੇ ਜਿਹੜੇ ਮੁੰਡੇ ਨੂੰ ਪਾ ਕੁੱਟਿਆ ਗਿਆ, ਔਰ ਕੇਸ ਪਤਾ ਕਿਹਦੇ ਤੇ ਕੀਤਾ? ਉਸੇ ਤੇ ਜਿਹਦੀਆਂ ਲੱਤਾਂ ਤੋੜੀਆਂ, ਜਵਾੜਾ ਤੋੜਿਆ, ਬਾਹਾਂ ਤੋੜੀਆਂ, ਕੇਸ ਵੀ ਉਸ ਤੇ। ਔਰ ਅਸੀਂ ਜੇ ਉਹਨੂੰ ਲੈ ਕੇ ਵੀ ਗਏ ਹਾਂ PGI ਚੋਂ, ਰੋਹਤਕ ਤੋਂ, ਤਾਂ ਹਾਈਕੋਰਟ ਦੇ ਥਰੂ ਲੈ ਕੇ ਗਏ ਹਾਂ PGI ਚੰਡੀਗੜ੍ਹ। ਉਸ ਤੋਂ ਬਾਅਦ ਵੀ ਤੇ ਹਰਿਆਣਾ ਸਰਕਾਰ ਸਾਤੋਂ ਫੇਰ ਮੰਗਦੀ ਸੀ, ਫੇਰ ਸਾਨੂੰ ਹਾਈਕੋਰਟ ਚ ਜਾਣਾ ਪਿਆ। ਫੇਰ ਹਾਈਕੋਰਟ ਨੇ ਉਹਨੂੰ ਉਸ ਮੌਕੇ ਤੇ ਉੱਥੇ ਲਿਆ ਕੇ ਉਸ ਜਗ੍ਹਾ ਤੇ, ਫੇਰ ਵੀ ਉਹਦੀ ਇਨਕੁਆਇਰੀ ਹਜੇ ਨਹੀਂ ਹੋ ਰਹੀ। ਸਾਨੂੰ ਦੋਸ਼ੀ ਦਾ ਦੱਸ ਦਿਓ ਵੀ ਧਿਆਨ ਪਛਾਤੀ ਪੁਲਿਸ ਤੁਸੀਂ। ਔਰ ਦੂਜੀ ਗੱਲ, ਜਿਹੜੀ ਸਾਡੀ ਆ ਫੋਰਸ ਖੜੀ ਹੈ, ਇਹਨਾਂ ਤੇ ਵਰਦੀ ਪਾਈ ਹੋਈ ਹੈ, ਉੱਥੇ ਜਿਹੜੀ ਫੋਰਸ ਸੀਗੀ ਉਹਦੇ ਬਿਲਕੁਲ ਵਰਦੀ ਨਹੀਂ ਸੀਗੀ, ਸਿਰਫ ਕੱਪੜੇ ਸੀ, ਬੂਟ ਵੀ ਉਹਨਾਂ ਦੇ ਦੂਜੇ ਸੀਗੇ, ਪ੍ਰਾਈਵੇਟ ਬੂਟ ਸੀਗੇ, ਕੁਛ ਨਹੀਂ ਸੀ ਉਹਨਾਂ ਕੋਲੇ। ਜੇ ਕੱਲੀਆਂ ਉਹਨਾਂ ਨੇ ਜਾਕਟਾਂ ਪਾਈਆਂ ਹੋਈਆਂ ਸੀਗੀਆਂ, ਕਿਉਂਕਿ ਜਿਵੇਂ ਮੈਂ ਉੱਥੇ ਕੋਲੇ ਸੀਗਾ। ਔਰ ਦੂਜੀ ਗੱਲ ਇਹਦੇ ਚ ਪਤਾ ਕੀ ਸੀ ਕਿ ਸਾਡੀਆਂ ਟਰਾਲੀਆਂ ਕੋਲੇ 12 ਬੋਰ ਦੇ ਸਿੱਟੇ ਗਏ ਖੋਖੇ। ਕਿਉਂ ਸਿੱਟੇ ਗਏ? ਕਿ 12 ਬੋਰ ਚਲਾਈ ਉਹਨਾਂ ਨੇ ਵੀ ਜਿੰਮੇ ਇਹਨਾਂ ਦੇ ਕੋਲ। ਇਹਦਾ ਜਵਾਬ ਦੇ ਦਿਓ ਵੋਟ ਪਾ ਕੇ ਬੀਜੇਪੀ ਚ ਆਣੇ ਵਾਲਾ ਜਨਮ ਬੀਜੇਪੀ ਪਿੱਛੇ ਤੁਹਾਨੂੰ ਵੋਟ ਦੇਵਾਂਗੇ। ਚੋਰੋਂ ਕੇ ਸਾਥ ਖੜਾ ਰਹੂੰਗਾ ਮੈਂ। ਆਪ ਕੌਣ ਸ਼ੁਰੂ ਕਰ ਰਹਾ ਹੂੰ।
ਕਿਸੇ ਵੀ ਪਾਰਟੀ ਨੂੰ ਕਿਹਾ ਵੀ ਚੋਰਾਂ ਨਾਲ ਕਿਉਂ ਡਰੇ? ਸਾਡੇ ਭਾਦੇ ਜਿਹੜੀਆਂ ਸਾਡੇ 4 ਸਾਲ ਅਸੀਂ ਹੱਡਾਂ ਤੇ ਹੰਡਾਈਆਂ, ਸਾਡੇ ਤੇ ਗੋਲੀਆਂ ਚੱਲੀਆਂ, ਰਾਸਤੇ ਬੰਦ ਹੋਏ ਆ, ਸਾਡੇ ਭਾਦੇ ਤਾਂ ਭਾਜਪਾ ਚੋਰ ਹੈ ਜਿਹਨੇ ਤੁਹਾਨੂੰ ਉਮੀਦਵਾਰ ਬਣਾਇਆ। ਬੀਜੇਪੀ ਸਰਕਾਰ ਨੇ 16 ਲੱਖ ਕਰੋੜ ਰੁਪਇਆ ਕਾਰਪੋਰੇਟ ਘਾਣੇ ਦਾ ਮਾਫ਼ ਕਰਿਆ, ਕੀ ਕਿਸਾਨਾਂ ਦਾ ਕਰਿਆ ਕੋਈ ਇੱਕ ਰੁਪਇਆ ਵੀ? ਤੁਸੀਂ ਦੂਜਿਆਂ ਨੂੰ ਚੋਰ ਕਰ ਰਹੇ ਹੋ। ਰੂਲਾਂਗੇ ਚੋਰ ਕੋ ਫਰਿਆਮ ਇੱਕ ਰੁਪਿਆ ਫਸਲ ਬੀਮਾ ਯੋਜਨਾ ਕਿਸਾਨ ਸਨਮਾਨ ਨਿਧੀ ਫਸਲ ਬੀਮਾ ਯੋਜਨਾ 2020 ਤੋਂ ਲੈ ਕੇ ਨਹੀਂ ਆਇਆ, 2020 ਤੋਂ ਲੈ ਕੇ ਕੋਈ ਰਿਕਾਰਡ ਬੀਮਾ ਯੋਜਨਾ ਦਾ ਨਹੀਂ ਆਖਰੇ ਦੀ ਹੈ ਹਮ ਆਪਕੇ ਔਰ ਹਮਾਰੇ ਲੋ ਝੂਠੇ ਆਖਰੇ ਦੇ ਰਹੇ ਹੈ ਆਂਕੜਾ ਤੋਂ ਦੇਖੀ ਗਏ ਸੋਕਾਂ ਦੇ ਲੋਕੋ ਵੀ ਜਾ ਰਹੇ ਹੋ ਪ੍ਰਸ਼ਾਸਨ ਦਾ ਮਾਮਲਾ ਹੈ ਭਾਈ ਆਪਾਂ ਬੀਜੇਪੀ ਔਰ ਪ੍ਰਸ਼ਾਸਨ ਦਾ ਫੇਲੀਅਰ ਮੰਨ ਰਹੇ ਹੋ ਮੀਡੀਆ ਪੇ ਬਤਾ ਦੋ ਕੋਈ ਬਾਤ ਨਹੀਂ ਹਮ ਤੋ ਚੈੱਕ ਕਰਵਾਏਗੇ ਹਮਾਰੇ ਕੋ ਜੋ ਬਤਾ ਅਗਰ ਆਪ ਯਹਾਂ ਪੇ ਜਵਾਬ ਨਹੀਂ ਦੋਗੇ ਤੋ ਗਾਮ ਗਾਮ ਮੇ ਹਮਾਰੇ ਸਾਥੀ ਆਕੇ ਖੜੇ ਹੋਗੇ ਯਹੀਂ ਪੇ ਜਵਾਬ ਤੋ ਇਹ ਸਾਰੀ ਚੀਜ਼ ਆਪਨੇ ਆਪਣੀ ਬਾਤ ਕਹਿ ਦੀ ਨਹੀਂ ਜੋ ਚੀਜ਼ ਪ੍ਰਸ਼ਾਸਨ ਸਰਕਾਰ ਸੇ ਬਾਤ ਕਰਨੇ ਵਾਲੀ ਹੈ ਜਿਸ ਕਾ ਸਮਾਧਾਨ ਨਿਕਲਨੇ ਵਾਲਾ ਹੈ ਤੁਸੀਂ ਦੱਸੋ ਤੁਸੀਂ ਇਹਨਾਂ ਚੀਜ਼ਾਂ ਬਾਰੇ ਕੀ ਸੋਚਦੇ ਹੋ ਤੁਹਾਡਾ ਪਰਸਨਲ ਭਾਈ ਦੇਖੀਏ ਕਿਸਾਨ ਮਜ਼ਦੂਰ ਕੇ ਸਭ ਲੋਕ ਸਾਥ ਹੈ ਠੀਕ ਹੈ ਔਰ ਮਿਲ ਕਰਕੇ ਜੋ ਹੈ ਸਮਾਧਾਨ ਆਕੇ ਬੋਲਨੇ ਕੀ ਬੋਲਨੇ ਕੀ ਸਭ ਕੋ ਆਜ਼ਾਦੀ ਆਪ ਜਾ ਕੇ ਇਹ ਵੀ ਬੋਲ ਸਕਦੇ ਹੋ ਤਾਂ ਐਨਐਲਓ ਕੇ ਵਿੱਚ ਗੁੰਡੇ ਨੇ ਕਿਸੇ ਕੋ ਬੋਲਨੇ ਆਇਆ ਮੈਂ ਗੁੰਡੇ ਨੇ ਸਵਾਲ ਕਰ ਰਹੇ ਹਾਂ ਸਾਡੇ ਪਿੰਡ ਆ ਰਹੇ ਹੋ ਸਾਡੇ ਪਿੰਡ ਚ ਆ ਰਹੇ ਹਾਂ ਅਗਰ ਜਵਾਬ ਅਸੀਂ ਜਦੋਂ ਜਵਾਬ ਸਵਾਲ ਹੀ ਕਰ ਰਹੇ ਹਾਂ ਸਹੀ ਹੋਗਾ ਅਸੀਂ ਦਿੱਲੀ ਚ ਆ ਕੇ ਕੀ ਕੰਧ ਡੇਕ ਦਿੰਦੇ 13 ਮਹੀਨੇ ਪਹਿਲਾਂ ਦਿੱਲੀ ਲਾਏ ਅਸੀਂ ਕਿਸੇ ਦੀ ਮੂੰਗਫਲੀ ਦੀ ਡੋਡੀ ਨਹੀਂ ਚੱਕੀ ਤੇ ਹੁਣ ਕੀ ਕਰ ਦਿੰਦੇ ਅਸੀਂ ਆਪਣੇ ਹੱਕ ਲੈਣ ਜੇ ਉਹ ਵੀ ਜਿਹੜੇ 26 ਮਹੀਨੇ ਪਹਿਲਾਂ ਸਾਡੇ ਨਾਲ ਵਾਅਦੇ ਕੀਤੇ ਸੀ ਉਹਨਾਂ ਦਾ ਮਾਰੇ ਜਾ ਰਹੇ ਸੀ ਤੁਹਾਡਾ ਕਿਸਾਨਾਂ ਲਈ ਕੀ ਸਟੈਂਡ ਸਾਡੇ ਨਾਲ ਜਾਇਜ਼ ਕੀਤਾ ਮਾਰਿਆ ਗਿਆ ਗੋਲੀ ਮਾਰੀ ਹੋ ਤੇ ਜਾਇਜ਼ ਮਾਰੀ ਹੈ ਕਿ ਨਜਾਇਜ਼ ਮਾਰੀ ਹੈ ਦੱਸ ਦਿਓ ਜਵਾਬ ਉਸ ਪਰ ਕੇਸ ਕੀ ਹੈ ਕੋਈ ਵੀ ਮਰਦਾ ਹੈ ਉਹ ਕੋਈ ਜਾਇਜ਼ ਤੋਂ ਬਾਤ ਹੈ ਨਹੀਂ ਤਾਂ ਫਿਰ 307 ਦਾ ਪਰਚਾ ਸਾਡੇ ਜਿਹੜੇ ਤੁਸੀਂ ਬਦਲੀ ਗਏ ਹੋ ਲੱਗਿਆ ਮਾ ਸਾਡੇ ਲੱਤਾਂ ਬਾਹਰ ਤੋੜੀਆਂ ਗਈਆਂ ਉਹਦਾ ਦੱਸੋ ਜਵਾਬ